ਲੈ ਸੱਚੀ ਮੁੱਚੀ ਹੀਰਾ ਆ ਗਿਆ ਮੇਰੇ ਸਾਈ ਮੇਰੇ ਸਾਈ ਜਾਂਦਾ ਰਹਿ। ਇਹ ਉਹੀ ਮੁੰਡਾ ਬਾਡੀ ਬਿਲਡਰ ਹੈ, ਉਹੀ ਬਾਡੀ ਬਿਲਡਰ ਹੈ ਜਿਸ ਦੀਆਂ ਦੋਨੇ ਲੱਤਾਂ ਪੋਲੀਓ ਨੇ ਮਾਰ ਲਿਖੀਆਂ। ਉਦੋਂ ਰੱਬ ਕਰੇ ਕਿਸੇ ਦੇ ਬੱਚੇ ਨੂੰ ਇਹੋ ਜਿਹੀ ਨਾ ਮੁਰਾਦ ਬਿਮਾਰੀ ਨਾ ਲੱਗੇ ਕਿ ਜਿਹਨੂੰ ਤੁਰਨਾ, ਜਿਹੜਾ ਬੰਦਾ ਤੁਰਨ ਦਾ ਹੀ ਵੱਲ ਭੁੱਲ ਜੇ, ਜਿਹੜਾ ਤੁਰਨ ਤੋਂ ਅਸਮਰਥ ਹੋ ਜਾਏ। ਪਰ ਫਿਰ ਵੀ ਜਿਹੜੇ ਹੌਸਲੇ ਬੁਲੰਦ ਰੱਖਦੇ ਆ ਉਹਨਾਂ ਦਾ ਹੀ ਸਾਥ ਕੁਦਰਤ ਦਿੰਦੀ ਆ। ਜਿਨ੍ਹਾਂ ਦੇ ਹੌਸਲੇ ਬੁਲੰਦ ਹੋਣ ਉਹਨਾਂ ਦਾ ਸਾਥ ਕੁਦਰਤ ਦਿੰਦੀ ਆ, ਉਹ ਹਮੇਸ਼ਾ ਪੋਜ਼ਿਟਿਵ ਰਹਿੰਦੇ ਨੇ, ਹਜ਼ੂਰ ਉਹ ਆਪਣੇ ਹੌਸਲੇ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਂਦੇ ਨੇ। ਪਰ ਜਿਹੜੇ ਹੋਰ ਵਿਅਕਤੀ ਨੇ ਜਿਹੜੇ ਕਮਜ਼ੋਰ ਹੋਣ ਹੌਸਲੇ ਤੋਂ, ਉਹ ਨਸ਼ਿਆਂ ਵੱਲ ਲੱਗ ਜਾਂਦੇ ਨੇ ਕਿ ਚੱਲ ਯਾਰ ਹੁਣ ਤਾਂ ਗਿਆ ਕੰਮ, ਕਿਹਨੇ ਪੁੱਛਣਾ ਕਿਹਨੇ ਕਰਨਾ। ਪਰ ਇਹ ਬੰਦਾ ਇਸ ਦੇ ਇੱਕ ਇੱਕ ਮਸਲ ਨੂੰ ਜੇ ਤੁਸੀਂ ਦੇਖੋਗੇ ਕਿ ਇੱਕ ਇੱਕ ਨਸ ਵੀ ਬਾਹਰ ਦਿਖਾਈ ਦਿੰਦੀ ਹੈ। ਇੰਨੀ ਤਿਆਰੀ ਕੀਤੀ ਆ, ਇੰਨੀ ਤਿਆਰੀ ਕੀਤੀ ਆ। ਕਿਸੀ ਕੇ ਕਾਨ ਮੇਂ ਹੀਰਾ, ਕਿਸੀ ਕੇ ਨਾਕ ਮੇਂ ਹੀਰਾ, ਕਿਸੀ ਕੇ ਹਾਥ ਮੇਂ ਹੀਰਾ, ਕਿਸੀ ਕੇ ਹਾਰ ਮੇਂ ਹੀਰਾ, ਹਮੇ ਕਿਆ ਗਰਜ਼ ਹੀਰੋ ਸੇ, ਹਮਾਰਾ ਯਾਰ ਹੈ ਹੀਰਾ, ਇਹਦਾ ਨਾਮ ਹੀ ਹੀਰਾ ਹੈ। ਮੈਂ ਜਦੋਂ ਆਪਣੇ ਵੱਲ ਵੇਖਦਾ ਹਾਂ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ ਆ, ਪਰ ਜੋ ਮੈਨੂੰ ਮਾਲਕ ਨੇ ਦਿੱਤਾ ਇੱਥੇ ਰੱਖ ਕੇ ਵੀ ਦਿੱਤਾ, ਇੱਜ਼ਤ ਮਾਣ ਸਭ ਕੁਛ, ਬੇਟਾ ਵਾਈਫ ਔਰ ਮਾਣ ਸਾਹਿਬ ਨੇ ਜੋ ਕੁਛ ਮੈਨੂੰ ਬਖਸ਼ਿਆ ਹੈ, ਜੋ ਮੈਂ ਜੋ ਕੁਛ ਵੀ ਆ, ਜੇ ਮੈਂ ਜਿੰਮ ਚਲਾ ਰਿਹਾ ਤਾਂ ਮਾਣ ਸਾਹਿਬ ਦੀ ਬਦੌਲਤ ਆ। ਮਾਣ ਸਾਹਿਬ ਨੇ ਮੈਨੂੰ ਚੇਅਰ 'ਤੇ ਪਾਇਆ, ਮੈਨੂੰ ਜਿੰਮ ਦਾ ਮੇਰੀ ਜਿੰਮ ਦੀ ਓਪਨਿੰਗ ਕਰਕੇ ਗਏ ਮਾਣ ਸਾਹਿਬ, ਇੰਨੀ ਦਾਤੇ ਦੀ ਕਿਰਪਾ ਮੇਰੀ, ਇੰਨਾ ਮਾਣ ਸਨਮਾਨ ਬਖਸ਼ਿਆ ਮਾਣ ਸਾਹਿਬ ਨੇ ਮੈਨੂੰ, ਮੈਂ ਦੱਸ ਨਹੀਂ ਸਕਦਾ, ਮੈਂ ਬਿਆਨ ਨਹੀਂ ਕਰ ਸਕਦਾ ਸ਼ਬਦਾਂ ਵਿੱਚ। ਥੈਂਕ ਯੂ, ਧੰਨਵਾਦ। ਮੈਂ ਉਹਨਾਂ ਘਰਾਂ ਵਿੱਚ ਵੀ ਜਾਣਾ ਚਾਹੂੰਗਾ ਜਿਨ੍ਹਾਂ ਦੇ ਘਰ ਬੱਚੇ ਜਿਹੜੇ ਨਸ਼ੇ ਦੇ ਵਿੱਚ, ਜਿਹੜੇ ਵਿਚਾਰੇ ਉੱਠ ਹੀ ਨਹੀਂ ਪਾਏ, ਮੈਂ ਉਹਨਾਂ ਨੂੰ ਵੀ ਮਿਲਣਾ ਚਾਹੂੰਗਾ। ਪਰਮਾਤਮਾ ਕਰੇ ਕਿ ਮੈਂ ਉਹਨਾਂ ਦੇ ਸਾਰਿਆਂ ਦੇ ਦਰਸ਼ਨ ਕਰਾਂ, ਉਹਨਾਂ ਤੋਂ ਵਿੱਚੋਂ ਮੈਂ ਮੋੜ ਸਕਾਂ ਉਹਨਾਂ ਨੂੰ, ਕਿਉਂਕਿ ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ, ਇਹ ਹੁਸਨੋ ਦੀਵਾਨੀ ਕਿੱਧਰ ਜਾ ਰਹੀ ਹੈ, ਰੋਕੋ ਵੇ ਰੋਕੋ ਮੇਰੇ ਰਹਿਨਮਾਓ, ਇਹ ਖਸਮਾਂ ਨੂੰ ਖਾਣੀ ਕਿੱਧਰ ਜਾ ਰਹੀ ਹੈ। ਅੱਜ ਰਾਂਝੇ ਕਿਰਾਏ ਤੇ ਲੈ ਕੇ ਹੀਰਾਂ, ਇਸ਼ਕੇ ਦੀ ਚਾਦਰ ਕਰੀ ਜਾਣ ਲੀਰਾਂ, ਹੋਟਲ ਦੇ ਬੇਲੇ 'ਚ ਚੂਰੀ ਖਵਾ ਕੇ ਮੱਝੀਆਂ 'ਚ ਰਾਣੀ ਕਿੱਧਰ ਜਾ ਰਹੀ ਹੈ। ਉਰਦੂ ਤੇ ਹਿੰਦੀ ਪੰਜਾਬੀ ਨੂੰ ਭੁੱਲ ਗਈ, ਇੰਗਲਿਸ਼ ਦੀ ਫੋਕੀ ਬਨਾਵਟ ਤੇ ਡੁੱਲ ਗਈ, ਥੈਂਕਸ ਤੇ ਸੌਰੀ ਦਾ ਚਸ਼ਮਾ ਚੜ੍ਹਾ ਕੇ ਸ਼ੁਕਰੀਆ ਮਿਹਰਬਾਨੀ ਕਿੱਧਰ ਜਾ ਰਹੀ ਹੈ। ਇਹ ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ। ਮੇਰੇ ਮੁਲਕੋ ਵਤਨ ਦੇ ਜਵਾਨ ਗੀਤਕਾਰੋ, ਆਪਣੇ ਪਿਛੋਕੜ ਤੇ ਝਾਤੀ ਤਾਂ ਮਾਰੋ, ਉਹ ਗੋਬਿੰਦ ਦੇ ਲਾਲਾ ਨੇ ਮੁੜ ਮੁੜ ਨਹੀਂ ਜੰਮਣਾ, ਇਹ ਸਾਂਭੋ ਨਿਸ਼ਾਨੀ ਕਿੱਧਰ ਜਾ ਰਹੀ ਹੈ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ, ਵੈਸੇ ਤੇ ਰਾਜ ਦੀਆਂ ਗੱਲਾਂ ਨੇ, ਪਰ ਰਾਜ ਦੀ ਗੱਲ ਮੇਰਾ ਚਾਹੇ ਕੁਛ ਵੀ ਹੋਵੇ, ਪਰ ਮੈਂ ਬੱਚਿਆਂ ਨੂੰ ਮੋੜਨਾ ਚਾਹੂੰਗਾ। ਕਦੇ ਜਾ ਕੇ ਰਹਿ ਰਾਸ ਦੇ ਵੇਲੇ ਦਰਬਾਰ ਸਾਹਿਬ ਦੇ ਵਿੱਚ, ਗੋਲਡਨ ਟੈਂਪਲ ਦੇ ਵਿੱਚ ਆਪਣੇ ਨਸ਼ੇ ਦੀ ਗੱਲ ਕਰਕੇ ਆਉਣਾ ਕਿ ਪਰਮਾਤਮਾ ਮੈਂ ਤੇਰੇ ਚਰਨਾਂ ਵਿੱਚ ਮੈਂ ਨਸ਼ਾ ਛੱਡਣਾ ਚਾਹੁੰਦਾ, ਮੇਰੇ 'ਤੇ ਕਿਰਪਾ ਕਰ। ਜੇ ਨਾ ਹੋਵੇ ਮੈਂ ਅਸਲੀਅਤ ਦੱਸ ਰਿਹਾ ਬਾਬਾ ਜੀ, ਮੈਂ ਸ਼ਿਵ ਕੁਮਾਰ ਬਟਾਲਵੀ ਦਾ ਬਹੁਤ ਵੱਡਾ ਸ਼ੌਕੀਨ, ਬਹੁਤ ਵੱਡਾ ਆਸ਼ਿਕ, ਜਿਸ ਬੰਦੇ ਦੇ ਆਦਰਸ਼ ਇਸ ਤਰ੍ਹਾਂ ਦੇ ਹੋਣ ਲਿਖਣ, ਜਿਹਦੀ ਗਾਇਕੀ ਸੋਰੀ ਜਿਹਨਾਂ ਦੀ ਗਾਇਕੀ ਵੀ ਕਮਾਲ ਸੀ ਉਹਨਾਂ ਦੀ, ਪਰ ਉਹਨਾਂ ਨੂੰ ਇੱਕ ਨਸ਼ਾ ਸੀ ਸਿਗਰਟ ਦਾ। ਜਿਹੜਾ ਕਿਸੇ ਦਾ ਆਸ਼ਿਕ ਹੋ ਜਾਂਦਾ ਨਾ, ਉਸ ਪਾਸੇ ਲੱਗਦਾ ਜ਼ਰੂਰ ਹੈ। ਉਦੋਂ ਸੋ ਮੈਨੂੰ ਵੀ ਲੱਗੀ ਹੋਈ ਸੀ। ਉਦੋਂ ਸੁਰਿੰਦਰ ਛਿੰਦਾ ਜੀ ਜਿਹੜੇ ਮੈਨੂੰ ਇੱਥੇ ਲੈ ਕੇ ਆਏ, ਕਦੇ ਕਦੇ ਅਸੀਂ ਦੋਨੇ ਸਾਂਝੇ ਕਰ ਲੈਂਦੇ ਸੀ। ਇੱਕ ਦਿਨ ਮੈਂ ਕਿਹਾ ਜਦੋਂ ਬੇਅੰਤ ਸਿੰਘ ਮੋਹਾਲੀ ਦੇ ਸਟੇਡੀਅਮ ਦੇ ਵਿੱਚ ਅਵਾਰਡ ਦੇਣ ਵਾਸਤੇ ਆਏ, ਜਦੋਂ ਦਲੀਪ ਕੁਮਾਰ ਸਾਹਿਬ, ਧਰਮਿੰਦਰ ਜੀ ਸਾਰੇ ਆਏ ਸੀ, ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ ਸੀਗਾ। ਉਸ ਅਵਾਰਡ ਦੇ ਵਿੱਚ ਮੈਂ ਛਿੰਦਾ ਜੀ ਨੂੰ ਕਿਹਾ, ਮੈਂ ਕਿਹਾ ਆ ਜਾਓ ਭਾਅ ਜੀ ਇੱਕ ਇੱਕ ਹੋ ਜਾਏ। ਉਹ ਕਹਿੰਦਾ ਗੁਰਦਾਸ ਮੈਂ ਤਾਂ ਯਾਰ ਛੱਡਤੀ। ਮੈਂ ਕਿਹਾ ਛੱਡੀ ਲਾਗੀ ਛੂਟੇ ਨਾ,
ਕਹਿੰਦਾ ਨਹੀਂ ਮੈਂ ਕਿਹਾ ਛੱਡੀ ਕਿਵੇਂ ਕਹਿੰਦਾ ਮੈਂ ਦਰਬਾਰ ਸਾਹਿਬ ਗਿਆ ਸੀ ਰਹਿ ਰਾਸ ਦਾ ਵੇਲਾ ਸੀ ਕਹਿੰਦਾ ਉੱਥੇ ਮੈਂ ਅਰਦਾਸ ਕੀਤੀ ਕਹਿੰਦਾ ਦੂਜੇ ਦਿਨ ਪੀਣ ਨੂੰ ਦਿਲ ਨਹੀਂ ਕੀਤਾ ਇਮਾਨਦਾਰੀ ਦੀ ਗੱਲ ਕਰ ਇੱਥੇ ਖੜ ਕੇ ਝੂਠ ਨਹੀਂ ਬੋਲ ਸਕਦਾ ਤੂੰ ਕਿਉਂਕਿ ਮਾਲਕ ਦਾ ਦਰ ਉਹ ਬਖਸ਼ਦਾ ਨਹੀਂ ਝੂਠਿਆਂ ਨੂੰ ਤਾਂ ਖਾਸ ਕਰਕੇ ਝੂਠ ਉਹਨੂੰ ਚੰਗਾ ਹੀ ਨਹੀਂ ਲੱਗਦਾ ਅਤੇ ਸੱਚ ਦੇ ਵਿੱਚ ਸੱਚ ਬੋਲ ਜੇ ਉਹਨੂੰ ਬਰੀ ਵੀ ਕਰ ਦਿੰਦਾ ਦੋਵਾਂ ਜਹਾਨਾਂ ਤੋਂ ਬਰੀ ਕਰ ਦਿੰਦਾ ਮੇਰੀ ਵਾਰੀ ਆ ਗਈ ਹੁਣ ਮੇਰਾ ਖਿਆਲ ਹੈ 10 ਕੁ ਦਿਨਾਂ ਦੇ ਵਿੱਚ ਹੀ ਮੈਂ ਉੱਥੇ ਪਹੁੰਚ ਗਿਆ ਮੇਰਾ ਵੀ ਪ੍ਰੋਗਰਾਮ ਸੀ ਮੈਂ ਕਿਹਾ ਯਾਰ ਮੈਨੂੰ ਸੁਰਿੰਦਰ ਛਿੰਦਾ ਜੀ ਦੇ ਬੋਲ ਯਾਦ ਆਇਆ ਉਹੀ ਰਹਿ ਰਾਸ ਦਾ ਵੇਲਾ ਅਰਦਾਸ ਚੱਲ ਰਹੀ ਹੈ ਮੇਰੇ ਹੱਥ 'ਚ ਕੜਾਹ ਪ੍ਰਸਾਦ ਦੀ ਦੇਗ ਹੈ ਮੇਰੇ ਅੱਥਰੂ ਡੁੱਲ ਰਹੇ ਹੈ ਮੈਂ ਕਿਹਾ ਬਖਸ਼ ਦੇ ਬਾਬਾ ਮੇਰੇ ਮਾਲਕ ਮੈਂ ਛੱਡਣਾ ਚਾਹੁੰਦਾ ਇਸ ਲੱਤ ਤੋਂ ਮੈਂ ਬਰੀ ਹੋਣਾ ਚਾਹੁੰਦਾ ਤੁਸੀਂ ਇਮਾਨ ਦੀ ਗੱਲ ਸੋਚੋ ਮੈਂ ਉੱਥੋਂ ਚੱਲਿਆ ਪਟਿਆਲੇ ਰਹਿੰਦਾ ਹੁੰਦਾ ਸੀ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਿਹਨਾਂ ਦੀ ਘੋੜੇ ਵਾਲੀ ਫੋਟੋ ਬਾਬਾ ਸੋਭਾ ਸਿੰਘ ਜੀ ਨੇ ਤਿਆਰ ਕੀਤੀ ਸੀ ਉਹ ਫੋਟੋ ਮੈਂ ਉੱਥੇ ਖਰੀਦੀ ਔਰ ਗੱਡੀ ਦੇ ਵਿੱਚ ਰੱਖੀ ਕੋਈ ਤਲਬ ਨਹੀਂ ਉੱਠੀ ਦੂਜੇ ਦਿਨ ਜਾ ਕੇ ਮੈਂ ਸਵੇਰੇ ਜਿਹੜੇ ਮੋਸਟਲੀ ਬਾਥਰੂਮ ਦੇ ਵਿੱਚ ਜਾ ਕੇ ਜ਼ਰੂਰ ਕਰਦੇ ਨੇ ਕੰਮ ਜਿਹੜੇ ਸਿਗਰਟਾਂ ਪੀਣ ਵਾਲੇ ਨੇ ਉੱਥੇ ਜਾ ਕੇ ਮੈਂ ਪੀਣ ਲੱਗਿਆ ਮੈਂ ਲਾ ਲਈ ਜਦੋਂ ਮੈਂ ਲਾ ਲਈ ਮੈਨੂੰ ਯਾਦ ਆਇਆ ਬੁਝਾ ਲਈ ਉਸ ਤੋਂ ਬਾਅਦ ਦਿਲ ਨਹੀਂ ਕੀਤਾ ਬਾਬਾ ਜੀ ਮੈਂ ਬਾਬਿਆਂ ਨੂੰ ਕਿਉਂਕਿ ਪਿੱਛੇ ਪਿੱਛੇ ਕੌਣ ਸੀ ਯਾਰ ਸੀ ਛਡਾਉਂਦਾ ਉਹੀ ਹੈ ਪਰ ਕੀ ਕਹਿੰਦਾ ਹੁੰਦਾ ਬਹਾਨਾ ਉਹ ਯਾਰ ਉੱਥੇ ਮੱਥਾ ਟੇਕ ਲਿਓ ਉਹਨਾਂ ਦੇ ਚਿਰਾਗ ਜਲਾਇਆ ਕਰੋ ਸ਼ਹੀਦਾਂ ਦੇ ਚਿਰਾਗ ਜਲਾਇਆ ਕਰੋ ਆਪਣੇ 'ਤੇ ਨਹੀਂ ਲੈਣਾ ਕਹਿਣਗੇ ਦਾਤਾ ਜੀ ਭਲਾ ਕਰਨਗੇ ਕਰਦੇ ਆਪ ਹੀ ਹੁੰਦੇ ਸੱਚੀ ਗੱਲ ਪਿਆਰਿਆ ਵੀ ਸੱਚੀ ਗੱਲ ਤੇ ਆਪ ਪਿਆਰਿਆ ਧੰਨ ਬਾਬਾ ਨਾਨਕ ਜੀ ਨੇ ਜੱਗ ਤਾਰਿਆ ਸਾਈ ਸਰਕਾਰ ਜੀ ਕਹਿੰਦੇ ਹੁੰਦੇ ਸੀ ਬਾਬਾ ਮੁਰਾਦ ਸ਼ਾਹ ਜੀ ਦਾ ਪਤਾ ਕੀ ਕਹਿਣਾ ਸੀ ਪਹਿਲਾ ਗੁਰੂ ਨਾਨਕ ਦਾ ਦਰਬਾਰ ਤੇ ਦੂਜਾ ਮੱਕਿਓਂ ਪਰੇ ਉਜਾੜ ਚਲੋ ਸਤਿ ਸ੍ਰੀ ਅਕਾਲ ਸੋ ਖਿਆਲ ਰੱਖਿਓ ਪਲੀਜ਼ ਜਿਹਨਾਂ ਦੇ ਬੱਚਿਆਂ ਨੂੰ ਲੱਗੀਆਂ ਹਾਲਾਂਕਿ ਦੱਸਣ ਵਾਲੇ ਨੂੰ ਜ਼ਿਆਦਾ ਟੰਗਦਾ ਅੱਛਾ ਤੂੰ ਮੇਰਾ ਪਤਾ ਦੇਤਾ ਉਹਨਾਂ ਨੂੰ ਮੇਰਾ ਐਡਰੈਸ ਦੇਤਾ ਪਰ ਮੈਂ ਤਾਂ ਫੇਰ ਬਖਸ਼ਾ ਲੂੰ ਕਿਉਂਕਿ ਮੇਰਾ ਮੁਰਸ਼ਦ ਬੈਠਾ ਉਹਦੇ ਆਸਰੇ ਉੱਡਦੇ ਫਿਰਦੇ ਆ ਭਰਾਵਾ ਜੇ ਦੋ ਵਾਰੀ 'ਚ ਬਚਾ ਕੇ ਲਿਆ ਤੇ ਤੀਜੀ ਵਾਰੀ 'ਚ ਲੈ ਵੀ ਜਾਏਗਾ ਤਾਂ ਆਪਦੇ ਕੋਲੇ ਹੀ ਰੱਖੂ ਅਸੀਂ ਤਾਂ ਚਾਹੁੰਦੇ ਹਾਂ ਉਹਦੇ ਕੋਲੇ ਜਾਈਏ ਉਹਦੇ ਚਰਨਾਂ 'ਚ ਬੈਠੀਏ ਉਹਦੇ ਨਜ਼ਰਾਂ ਦਾ ਸਵਾਦ ਲਈਏ ਉਹਦੇ ਨੈਣਾਂ ਦਾ ਸਵਾਦ ਲਈਏ